ਆਪਾਂ ਪਹੁੰਚ ਚੁੱਕੇ ਹਾਂ AGI ਬਿਲਡਿੰਗ ਦੇ ਸੈਕੰਡ ਫਲੋਰ ਤੇ ਜਿੱਥੇ ਕੀ ਹੈ ਸਨਰਾਈਜ਼ ਗਲੋਬਲ ਗੇਟਵੇਜ਼। ਸਨਰਾਈਜ਼ ਗਲੋਬਲ ਗੇਟਵੇਜ਼ ਪਿਛਲੇ 19 ਸਾਲਾਂ ਤੋਂ ਡੀਲ ਕਰ ਰਿਹਾ ਹੈ ਸਾਈਪ੍ਰਸ ਦੇ ਵਿੱਚ। ਚਲੋ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਹੁਣ ਆਪਾਂ ਪਹੁੰਚ ਚੁੱਕੇ ਹਾਂ ਸਨਰਾਈਜ਼ ਗਲੋਬਲ ਗੇਟਵੇਜ਼ ਤੇ ਮਿਲ ਰਹੇ ਹਾਂ ਮਾਨਿਕ ਸ਼ਰਮਾ ਜੀ ਨੂੰ, ਜਿਨ੍ਹਾਂ ਨੂੰ ਕਿ 19 ਸਾਲ ਦਾ ਤਜਰਬਾ ਹੈ ਸਾਈਪ੍ਰਸ ਵਿੱਚ ਡੀਲ ਕਰਦੇ ਨੇ ਉਹ। ਤੇ ਸਰ, ਇੰਨੀ ਯੰਗ ਏਜ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰ ਦਿੱਤਾ ਤੇ ਇੰਨੇ 19 ਸਾਲਾਂ ਤੋਂ ਵੀਜ਼ੇ ਲਗਵਾ ਰਹੇ ਹੋ, ਤੇ ਕਿੰਨੇ ਕੁ ਅੱਜ ਤੱਕ ਵੀਜ਼ੇ ਲਗਵਾ ਚੁੱਕੇ ਹੋ? ਮੈਮ ਜੀ, ਮੈਂ ਗੱਲ ਕਰਾਂ ਸਾਈਪ੍ਰਸ ਦੀ। ਅਕਤੂਬਰ 2003 ਤੋਂ ਆਪਾਂ ਸਾਈਪ੍ਰਸ ਦਾ ਸਟੱਡੀ ਵੀਜ਼ਾ ਪ੍ਰਮੋਟ ਕਰ ਰਹੇ ਹਾਂ। 2003 ਤੋਂ ਲੈ ਕੇ ਅੱਜ ਆਪਾਂ 2023 ਹਾਂ ਤੇ ਆਪਾਂ ਹਜੇ ਵੀ ਸਾਈਪ੍ਰਸ ਵੀ ਸਾਡਾ ਮੇਨ ਪ੍ਰੋਡਕਟ ਹੈ। ਜੇ ਮੈਂ ਗੱਲ ਕਰਾਂ ਵੀਜ਼ਿਆਂ ਦੀ, ਆਪਾਂ ਹਜ਼ਾਰਾਂ ਬੱਚਿਆਂ ਦੇ ਵੀਜ਼ੇ ਲਵਾਤੇ ਆ ਜਿਹੜੇ ਅੱਜ ਦੀ ਡੇਟ 'ਚ ਸਾਈਪ੍ਰਸ 'ਚ ਸੈਟਲਡ ਨੇ ਜਾਂ ਸਾਈਪ੍ਰਸ ਤੋਂ ਆਪਣੀ ਡ੍ਰੀਮ ਡੈਸਟੀਨੇਸ਼ਨ ਜਿਵੇਂ UK, ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ USA ਉੱਥੇ ਜਾ ਕੇ ਅੱਜ ਆਪਣਾ ਸੈਟਲਮੈਂਟ ਲੈ ਚੁੱਕੇ ਨੇ, ਪਰਮਾਨੈਂਟ ਰੈਜੀਡੈਂਟ ਹੋ ਚੁੱਕੇ ਨੇ ਜਾਂ ਆਪਣੀ PR ਲੈ ਕੇ ਆਪਣੀ ਨੈਸ਼ਨੈਲਿਟੀਜ਼ ਵੀ ਚੇਂਜ ਕਰ ਚੁੱਕੇ ਨੇ। ਅਤੇ ਸਰ, ਸਾਈਪ੍ਰਸ ਦੇ ਨਾਮ 'ਤੇ ਬੱਚਿਆਂ ਨਾਲ ਬਹੁਤ ਫਰੋਡ ਹੁੰਦਾ। ਕਈ ਕਹਿੰਦੇ ਲੱਖ ਰੁਪਏ ਦੇ ਵਿੱਚ ਪਹੁੰਚਾ ਦਾਂਗੇ, 2 ਲੱਖ 'ਚ ਪਹੁੰਚਾ ਦਾਂਗੇ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਬੱਚਿਆਂ ਨੂੰ ਉੱਥੇ ਦੱਸਣਾ ਚਾਹੁੰਦਾ, ਜੇ ਤੁਸੀਂ ਸਾਈਪ੍ਰਸ ਸਟੱਡੀ ਵੀਜ਼ੇ 'ਤੇ ਜਾ ਰਹੇ ਹੋ, ਸਾਈਪ੍ਰਸ ਦਾ ਜਿਹੜਾ ਵੀਜ਼ਾ ਹੈ ਤੁਸੀਂ ਫੀਸ ਭਰਦੇ ਹੋ, ਜਾਂ ਤਾਂ ਤੁਹਾਡਾ ਏਜੰਟ ਪੂਰੀ ਫੀਸ ਨਹੀਂ ਭਰਦਾ ਤੁਹਾਡੀ ਸਾਲ ਦੀ, ਇੱਥੋਂ ਤੁਹਾਨੂੰ ਕਮਿਟਮੈਂਟ ਕਰ ਦਿੰਦਾ ਤੁਹਾਡੀ ਸਾਲ ਦੀ ਫੀਸ ਭਰਤੀ ਹੈ, ਜਿੱਥੇ ਤੁਹਾਡੀ ਇੱਕ ਸਮੈਸਟਰ ਦੀ ਫੀਸ ਭਰੀ ਹੁੰਦੀ ਹੈ, ਜੋ ਜੀ ਪਿੱਛੇ ਯੂਨੀਵਰਸਿਟੀਜ਼ ਨਾਲ ਹੁੰਦਾ ਰਿਹਾ ਬੱਚਿਆਂ ਨਾਲ। ਬੱਚਿਆਂ ਨੂੰ ਪੇਪਰ ਵੀਜ਼ਾ ਮਿਲਦਾ ਰਿਹਾ ਯੂਨੀਵਰਸਿਟੀਜ਼ ਦੇ ਵਿੱਚ, ਅਤੇ ਬੱਚਿਆਂ ਦੀ 6 ਮਹੀਨੇ ਦੀ ਫੀਸ ਭਰੀ ਗਈ। ਉਹ ਤੋਂ ਬਾਅਦ ਜਦੋਂ ਉੱਥੇ ਜਾ ਕੇ ਤੁਹਾਨੂੰ ਰੈਜੀਡੈਂਟ ਪਰਮਿਟ 'ਤੇ ਕੰਮ ਮਿਲਣਾ, ਜਦੋਂ ਤੁਸੀਂ ਆਪਣੇ ਪੈਸੇ ਬਣਾ ਸਕੋ ਜੇ ਆਪਣੀ ਫੀਸਾਂ ਭਰ ਸਕੋ, ਉਹ ਬੱਚਿਆਂ ਨੂੰ ਰੈਜੀਡੈਂਟ ਪਰਮਿਟ ਮਿਲੇ ਨਹੀਂ ਅਤੇ 6 ਮਹੀਨੇ ਬਾਅਦ ਉਹਨਾਂ ਨੂੰ ਫੀਸ ਨਹੀਂ ਭਰੇ, ਉਹਨਾਂ ਨੇ ਆਪਣੀ ਰਿਫਿਊਜੀਸ ਅਪਲਾਈ ਕਰ ਲਈ, ਇਲੀਗਲ ਹੋ ਜੇ ਜਾਂ ਉੱਥੋਂ ਦੀ ਵਾਪਸ ਆ ਜੇ, ਅਤੇ ਉਹ ਰਿਊਮਰ ਜਿਹੜਾ ਮਾਰਕੀਟ ਦੇ ਵਿੱਚ ਆਇਆ, ਜੇ ਤੁਸੀਂ ਅੱਜ ਦੀ ਗਲੋਬਲ ਦੀ ਗੱਲ ਕਰੋ, ਪਿਛਲੇ 19 ਸਾਲ ਤੋਂ ਜਿਹੜੇ ਬੱਚੇ ਉੱਥੇ ਨੇ, 10 ਸਾਲ ਤੋਂ ਬੱਚੇ ਉੱਥੇ ਬੈਠੇ ਪੜ੍ਹ ਰਹੇ ਨੇ ਜਿਹੜੇ ਹਜੇ ਵੀ ਸਟੂਡੈਂਟ ਨੇ ਜਾਂ ਉੱਥੇ ਬੈਠ ਕੇ ਆਪਣੀ ਪਰਮਾਨੈਂਟ ਰੈਜੀਡੈਂਸੀ ਲੈ ਚੁੱਕੇ ਨੇ, ਉਹ ਬੱਚਿਆਂ ਨੂੰ ਜੇ ਤੁਸੀਂ ਅੱਜ ਵੀ ਮਿਲਣਾ ਚਾਹੁੰਦੇ ਹੋ, ਸਨਰਾਈਜ਼ ਗਲੋਬਲ ਗੇਟਵੇਜ਼ ਤੁਹਾਨੂੰ ਉਹਨਾਂ ਦੇ ਨੰਬਰ ਦੇ ਸਕਦਾ, ਸਨਰਾਈਜ਼ ਗਲੋਬਲ ਗੇਟਵੇ ਤੁਹਾਨੂੰ ਉਹਨਾਂ ਨਾਲ ਵੀਡੀਓ ਕਾਨਫਰੰਸ ਕਰਾ ਸਕਦਾ ਕਿ ਬੱਚੇ ਉੱਥੋਂ ਟਰੈਵਲ ਹੋਏ ਨੇ, ਬੱਚੇ ਉੱਥੇ ਅੱਜ ਡੇਟ 'ਚ ਕੰਮ ਕਰ ਰਹੇ ਨੇ, 2000-2500 ਯੂਰੋ ਪਰ ਮੰਥ ਅਰਨ ਕਰਦੇ ਪਏ ਨੇ। ਇਹ ਸਾਰੀਆਂ ਚੀਜ਼ਾਂ ਜੋ ਸਨਰਾਈਜ਼ ਗਲੋਬਲ ਗੇਟਵੇ ਤੁਸੀਂ ਪੁੱਛੋਗੇ, ਕਿਉਂਕਿ ਬੱਚਿਆਂ ਨਾਲ ਜਿਹੜਾ ਫਰੋਡ ਹੋ ਰਿਹਾ ਅੱਜ ਦੀ ਡੇਟ 'ਚ, ਏਜੰਟ ਉਹਨਾਂ ਨੂੰ ਰਿਐਲਿਟੀ ਦੱਸ ਹੀ ਨਹੀਂ ਰਿਹਾ, ਏਜੰਟ ਸਿੰਪਲ ਉਹਨਾਂ ਨੂੰ ਸੁਪਨੇ ਦਿਖਾ ਰਿਹਾ ਕਿ ਸਾਈਪ੍ਰਸ ਪਹੁੰਚ ਜਾਊਂਗੇ, ਸਾਈਪ੍ਰਸ ਤੁਸੀਂ ਅੱਗੇ ਡ੍ਰੀਮ ਡੈਸਟੀਨੇਸ਼ਨ 'ਤੇ ਨਿਕਲ ਜਾਊਂਗੇ, ਪਾਥਵੇ ਬਣਾਈ ਜਾ ਰਿਹਾ। ਬਟ ਪਾਥਵੇ ਮਿਲੇਗਾ ਕਿੱਦਾਂ? ਬੱਚਾ ਸਟੂਡੈਂਟ ਵੀਜ਼ੇ 'ਤੇ ਮੂਵ ਕਿੱਦਾਂ ਹੋਏਗਾ? ਉਹਨੂੰ 2 ਸਾਲ ਉੱਥੇ ਪੜ੍ਹਨਾ ਪਏਗਾ ਜਾਂ 4 ਸਾਲ ਦੀ ਆਪਣੀ ਬੈਚਲਰਸ ਕੰਪਲੀਟ ਕਰਨੀ ਪਏਗੀ, ਉਹਦੇ ਬੇਸ 'ਤੇ ਆਪਣਾ ਕੈਨੇਡਾ ਦਾ ਵੀਜ਼ਾ ਲੈ ਸਕਦਾ। ਜੇ 2 ਸਾਲ ਪੜ੍ਹਦਾ ਤਾਂ ਉੱਥੋਂ UK ਦਾ ਵੀਜ਼ਾ ਲੈ ਸਕਦਾ। ਜੇ ਉੱਥੇ ਪਰਮਾਨੈਂਟ ਰੈਜੀਡੈਂਸੀ ਲੈਣਾ ਚਾਹੁੰਦਾ ਉਹਨੂੰ 7 ਸਾਲ ਲੀਗਲ ਸਟੇ ਕਰਨਾ ਪਏਗਾ, 7 ਸਾਲ ਸਟੂਡੈਂਟ ਵੀਜ਼ੇ 'ਤੇ ਰਹਿਣਾ ਪਏਗਾ, ਦੈਨ ਉਹ ਆਪਣੀ ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰ ਸਕੋ। ਜਿੱਦਾਂ ਸਟੂਡੈਂਟ ਸਮਝਦੇ ਆ ਸਾਈਪ੍ਰਸ ਛੋਟੀ ਮੋਟੀ ਕੰਟਰੀ ਆ ਅਤੇ ਉੱਥੇ ਆਪਾਂ ਜਾਣਾ ਹੀ ਨਹੀਂ ਆ, ਹੈ ਨਾ? ਅੱਜ ਕੱਲ੍ਹ ਰੂਮਰ ਇਹ ਵੀ ਬਹੁਤ ਹੈ ਕਿ ਕੰਮ ਹੀ ਨਹੀਂ ਮਿਲਦਾ ਉੱਥੇ, ਹੈ ਨਾ? ਜਿੱਦਾਂ ਤੁਸੀਂ ਕਹਿ ਰਹੇ ਕਿ ਬੱਚੇ ਅਟਰੈਕਟ ਹੁੰਦੇ ਆ, 1 ਲੱਖ 'ਚ ਪਹੁੰਚ ਜਾਂਗੇ, 2 ਲੱਖ 'ਚ ਪਹੁੰਚ ਜਾਂਗੇ, ਪਰ ਇਹ ਤਾਂ ਇੱਕ ਬਿਜ਼ਨਸ ਹੋ ਗਿਆ ਨਾ ਕਿ ਐਡ ਆ ਰਹੀ ਆ, ਔਰ ਸਟੂਡੈਂਟ ਕਿੱਦਾਂ ਪਹਿਚਾਨਣ ਕਿ ਕਿਹੜੀ ਉਹਨਾਂ ਲਈ ਕੰਸਲਟੈਂਟ ਅੱਛਾ ਆਇਆ, ਕਿਹੜਾ ਬੁਰਾ ਆ? ਮੈਂ ਸਟੂਡੈਂਟ ਨੂੰ ਦੱਸਣਾ ਚਾਹੁੰਦਾ, ਜਿਹੜਾ ਤੁਹਾਨੂੰ ਕੰਮ ਨਹੀਂ ਮਿਲਦਾ, ਜਿਹੜਾ ਇਹ ਰਿਊਮਰ ਆ ਸਾਈਪ੍ਰਸ ਦੇ, ਪਿਛਲੇ 2003 ਤੋਂ ਮੈਂ ਸੁਣ ਰਿਹਾ ਜਦੋਂ ਬੱਚੇ ਨੂੰ ਕੰਮ ਅਲਾਊਡ ਵੀ ਨਹੀਂ ਹੁੰਦਾ ਸੀ, ਹੁਣ ਐਜ਼ ਪਰ ਯੂਰੋਪੀਅਨ ਯੂਨੀਅਨ ਲਾਅ ਤੁਹਾਨੂੰ ਵਰਕ ਪਰਮਿਟ ਅਲਾਊਡ ਹੈ 20 ਆਵਰਸ ਪਰ ਵੀਕ ਦਾ। ਅੱਜ ਉਹ ਬੱਚੇ ਜਿਹੜੇ ਸਾਈਪ੍ਰਸ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਇਹ ਡਰ ਲੱਗ ਰਿਹਾ ਜੀ ਆਪਾਂ ਚੱਲ ਜਾਵਾਂ ਜੇ ਸਟੂਡੈਂਟ ਵੀਜ਼ੇ 'ਤੇ, ਸਾਨੂੰ ਜਾ ਇਹ ਕੰਮ ਨਹੀਂ ਮਿਲਦਾ, ਤੁਹਾਨੂੰ ਜਿਹੜਾ ਕੰਮ ਮਿਲਣਾ ਉਹ ਰੈਜੀਡੈਂਟ ਪਰਮਿਟ 'ਤੇ ਮਿਲਦਾ, ਜਿਹਨੂੰ ਆਪਾਂ ਕਹਿੰਦੇ ਹਾਂ ਪਿੰਨ ਸਲਿੱਪ, ਪਹਿਲਾਂ ਕਹਿੰਦੇ ਪਿੰਨ ਸਲਿੱਪ, ਹੁਣ ਉਹਨੂੰ ਰੈਜੀਡੈਂਟ ਪਰਮਿਟ ਕੀ ਆਉਂਦਾ। ਗਲੋਬਲ ਕਾਲਜ ਦੇ ਵਿੱਚ ਜਿਹੜਾ ਸਨਰਾਈਜ਼ ਪਿਛਲੇ 19 ਸਾਲ ਤੋਂ ਪ੍ਰਮੋਟ ਕਰ ਰਿਹਾ, ਸਨਰਾਈਜ਼ ਸਿਰਫ ਇੱਕੋ ਕਾਲਜ ਨਾਲ ਕੰਮ ਕਰਦਾ, ਗਲੋਬਲ ਕਾਲਜ ਨਾਲ, ਜਿਹਦੇ 'ਚ ਤੁਹਾਨੂੰ ਰੈਜੀਡੈਂਟ ਪਰਮਿਟ ਸਿਰਫ 45 ਦਿਨਾਂ 'ਚ ਵੀ ਮਿਲੇਗਾ। ਮੈਂ ਇੱਥੇ ਤੁਸੀਂ ਜੋ ਸਨਰਾਈਜ਼ ਗਲੋਬਲ ਗੇਟਵੇ ਦੇ ਆਫਿਸ ਆਉਂਗੇ, ਤੁਹਾਨੂੰ ਰੈਜੀਡੈਂਟ ਪਰਮਿਟ ਸ਼ੋਅ ਕੀਤੇ ਜਾਣਗੇ, ਤੁਹਾਨੂੰ ਵੀਜ਼ਾ ਸ਼ੋਅ ਦੇ, ਤੁਹਾਨੂੰ ਬੱਚਿਆਂ ਦੇ ਨੰਬਰ ਦਿੱਤੇ ਜਾਣਗੇ ਜਿਨ੍ਹਾਂ ਨੂੰ 45 ਦਿਨਾਂ ਦੇ ਜਾਂ 30 ਦਿਨਾਂ 'ਚ ਜਾਂ 28 ਦਿਨਾਂ 'ਚ ਰੈਜੀਡੈਂਟ ਪਰਮਿਟ ਮਿਲੇ ਅਤੇ ਉਹ ਆਪਣੀ ਜੋਬਸ ਕਰ ਰਹੇ ਨੇ, ਅਤੇ ਮਿਨੀਮਮ ਸੈਲਰੀ ਜਿਹੜੀ 1200 ਤੋਂ 2000 ਯੂਰੋ ਆਪਣਾ ਕਮਾ ਰਹੇ ਨੇ ਹਰ ਮਹੀਨੇ ਦਾ। ਅਤੇ ਸਰ, ਜਾਂਦੇ ਜਾਂਦੇ ਮੈਂ ਇਹ ਕਹੂੰਗੀ ਕਿ ਜਿਹੜੇ ਬੱਚੇ ਇਹ ਵੀਡੀਓ ਦੇਖ ਕੇ ਤੁਹਾਡੇ ਕੋਲ ਆਣਗੇ, ਉਹਨੂੰ ਤੁਸੀਂ ਕੀ ਸਪੈਸ਼ਲ ਆਫਰ ਦੇਵੋ? ਸਪੈਸ਼ਲ ਆਫਰ ਉਹਨਾਂ ਨੂੰ ਇਹ ਮਿਲੇਗੀ, ਸਨਰਾਈਜ਼ ਗਲੋਬਲ ਗੇਟਵੇ ਤੁਹਾਨੂੰ ਘੱਟ ਬਜਟ 'ਤੇ ਸਾਈਪ੍ਰਸ ਭੇਜ ਰਿਹਾ, ਕੋਈ ਐਡਵਾਂਸ ਪੈਸੇ ਨਹੀਂ ਲਿੱਤੇ ਜਾ ਰਹੇ। ਸਨਰਾਈਜ਼ ਗਲੋਬਲ ਗੇਟਵੇਜ਼ 19 ਸਾਲਾਂ ਦੇ ਤਜਰਬੇ ਨਾਲ ਇੱਕੋ ਹੀ ਪ੍ਰਮੋਸ਼ਨ ਕਰ ਰਿਹਾ ਜੀ, ਅੱਜ ਦੀ ਡੇਟ 'ਚ ਵੀ ਤੁਹਾਡੇ ਕਿਸੇ ਵੀ ਕੰਟਰੀ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ। ਮੈਂ ਇੱਥੇ ਫੇਰ ਮੈਂਸ਼ਨ ਕਰ ਰਿਹਾ, ਸਿਰਫ ਸਟੱਡੀ ਵੀਜ਼ਾ, ਸਨਰਾਈਜ਼ ਗਲੋਬਲ ਗੇਟਵੇਜ਼ ਨਾ ਟੂਰਿਸਟ ਵੀਜ਼ਾ ਨਾ ਵਰਕ ਪਰਮਿਟ 'ਚ ਡੀਲ ਕਰਦਾ, ਸਿਰਫ ਸਟੱਡੀ ਵੀਜ਼ਾ 'ਚ ਡੀਲ ਕਰਦਾ। ਜੇ ਤੁਸੀਂ ਸਨਰਾਈਜ਼ ਗਲੋਬਲ ਗੇਟਵੇ ਦੀ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਸਾਰੇ ਪੈਸੇ ਦੋਗੇ ਆਪਣੇ ਵੀਜ਼ਾ ਲੱਗਣ ਤੋਂ ਬਾਅਦ, ਕੋਈ ਪੈਸਾ ਤੁਹਾਡੇ ਐਡਵਾਂਸ ਚਾਰਜ ਨਹੀਂ ਕੀਤਾ ਜਾਏਗਾ। ਥੈਂਕ ਯੂ ਸਰ। ਵੈਲਕਮ। ਇਹ ਤਾਂ ਸੀਗੇ ਸਨਰਾਈਜ਼ ਗਲੋਬਲ ਗੇਟਵੇਜ਼ ਤੋਂ ਮਾਨਿਕ ਸ਼ਰਮਾ ਜੀ।